अमृतसर केसरी पेज देखने वाले सारे दोस्तों का स्वागत है। दोस्तों पिछले कई दिनों तो छाटा इलाके दे विच लगातार बत्ती जा रही है, जिसनूं लैके इलाका निवासियों ने बहुत बड़ी मुश्किल का सामना करना पै रहा है। जिस तों बाद अज इलाका निवासी अपने घरां तों बाहर आ चुके ने। तां तुसीं वेख सकदे हो कि असीं तुहानूं तस्वीरां बिजली घर दे बाहर दीआं दिखा रहे हैं, जिथे कि इलाका निवासी तंग परेशान होकर अज इत्थे पहुंचे हुए ने। तां असीं लगातार गलबात भी करदे हां। तां पहलां सर की नाम है जी अपना? मैं जी सुराज ढिल्लों मेरा नाम है, वार्ड नंबर 89 तों मैं, मेरे मैसेज काउंसलर ने। साडा इलाका घनूपुर कारियां दा वा। देखो बिजली दी प्रॉब्लम सिर्फ साडे इक्को इलाके दे विच आ, ज्यादा इलाकियां दे विच कोई प्रॉब्लम नहीं है। लगातार बिजली आ रही है साडे इक इलाके दे विच, सिर्फ इक उत्थे ट्रांसफार्मर घट छोटा होण करके, घर ज्यादा होण करके उत्थे प्रॉब्लम है बिजली दी। ओनू असीं हल करन वास्ते इक दरखास्त दित्ती सी बिजली बोर्ड नूं भी उत्थे इक होर ट्रांसफार्मर लवाया जावे। जिहड़ा लग रिहा सी पास होया ट्रांसफार्मर आ, सब एस्टीमेट वगैरह होया वा, ओहदे सिर्फ जिहड़ा लगदे काम नूं इक औरत वल्लों इक दरखास्त दे के उस ट्रांसफार्मर नूं रोकिया गया या शिकायत करके, ते बिजली बोर्ड वल्लों लगदा काम चलदा काम रोकिया गया सी। ओहदे संबंध विच असीं इकट्ठे होए सां वी साडा काम रोकिया ना जावे, इलाके दी बहुत ज्यादा मुश्किल आ, ओहदे वास्ते असीं धरना लाउण लई इकट्ठे होए सां। पर कारण की है, जिहड़ी महिला है ओहदे वल्लों क्यों शिकायत दित्ती गई है, ते शिकायत दे विच की लिखिया गया ओहदे वल्लों? ओहनां वल्लों इह गल लिखी गई है वी मेरी प्राइवेट प्रॉपर्टी दे विच ट्रांसफार्मर लग रिहा, जदों कि ट्रांसफार्मर गली दे विच लग रिहा है, सरकारी गली दे विच लग रिहा है। ਜਿਹਦਾ ਉਸ ਜਗ੍ਹਾ ਦੇ ਨਾਲ ਕੋਈ ਇਲਾਕਾ ਦੇਖਾ ਹੀ ਨਹੀਂ ਹੈਗਾ। ਅੱਜ ਤੁਸੀਂ ਵੱਡੀ ਅੱਜ ਵਾ ਕੀਤਾ ਗਿਆ, ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ, ਕਿੰਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ, ਕਿਹੜੇ ਅਧਿਕਾਰੀ ਨੇ? ਸਾਡੇ ਐਸਡੀਓ ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਨੇ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਆ। ਉਹਨਾਂ ਕਿਹਾ ਵੀ ਸਿਰਫ ਐਲੋਕੇਸ਼ਨ ਰਹਿ ਗਈ ਆ, ਅੱਜ ਐਲੋਕੇਸ਼ਨ ਜੇ ਹੋ ਜਾਂਦੀ ਆ ਤਾਂ ਅਸੀਂ ਕੱਲ ਜਾਂ ਪਰਸੋਂ ਤੁਹਾਡਾ ਟ੍ਰਾਂਸਫਾਰਮਰ ਰੱਖ ਦਿੰਨੇ ਆ। ਇਹਦੇ ਵਿੱਚ ਕੋਈ ਮਤਲਬ ਕਿਸੇ ਦੀ ਸ਼ਿਕਾਇਤ ਕਰਕੇ ਕੰਮ ਨੂੰ ਡਿਲੇ ਨਹੀਂ ਕੀਤਾ ਜਾਊਗਾ। ਅਸੀਂ ਉਹਨਾਂ ਦੇ ਸ਼ਵਾਸਨ ਤੋਂ ਸਪਸ਼ਟ ਹੋ ਕੇ ਹੁਣ ਧਰਨਾ ਜਿਹੜਾ ਸਥਗਿਤ ਕਰ ਦਿੱਤਾ ਜੀ। ਤਾਂ ਹੋਰ ਵੀ ਇਲਾਕਾ ਨਿਵਾਸੀ ਇੱਥੇ ਪਹੁੰਚੇ ਨੇ, ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ, ਜਿਸ ਤਰ੍ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ, ਬੱਤੀ ਬੰਦ ਹੋਣ ਦੇ ਕਾਰਨ ਕਿੰਨਾ ਸਮਾਂ ਜਿਹੜਾ ਬੱਤੀ ਬੰਦ ਰਹਿੰਦੀ ਹੈ ਜੀ ਤੁਹਾਡੇ ਉੱਥੇ? ਬੱਤੀ ਦੇ ਵੇਖੋ ਜੀ, ਹਰ ਘੰਟੇ ਬਾਅਦ ਉਹਦਾ ਫਿਊਜ਼ ਉੱਡ ਜਾਂਦਾ ਟ੍ਰਾਂਸਫਾਰਮ ਦਾ, ਬਹੁਤ ਜ਼ਿਆਦਾ ਪ੍ਰੋਬਲਮ ਆ। ਅਸੀਂ ਪ੍ਰੋਬਲਮ ਆਪਣੀ ਕੌਂਸਲ ਸਾਹਿਬ ਨੂੰ ਦੱਸੀ ਸੀ, ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਹੱਲ ਕਰਾਇਆ, ਟ੍ਰਾਂਸਫਾਰਮ ਪਾਸ ਕਰਾਇਆ, ਸਾਰੇ ਕੰਮ ਕਰਾਏ ਨੇ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਨਾਲ ਇਲਾਕਾ ਨਿਵਾਸੀਆਂ ਨਾਲ ਹਰ ਟਾਈਮ ਤੇ 24 ਘੰਟੇ ਅਵੇਲੇਬਲ ਨੇ। ਜਦੋਂ ਵੀ ਇਹਨਾਂ ਨੂੰ ਆਵਾਜ਼ ਦਿਓ, ਇਹਨਾਂ ਵਰਗਾ ਕੌਂਸਲਰ ਹੈ ਜਿਹੜਾ ਹੈ ਉਹ ਕਦੀ ਨਹੀਂ ਮਿਲ ਸਕਦਾ। ਅਸੀਂ ਤੇ ਇਹ ਚਾਹੁੰਦੇ ਹਾਂ ਕਿ ਇਹ ਗਾਂ ਮੇਹਰ ਬਣਾ, ਕਿਉਂਕਿ ਇਹਨਾਂ ਦੀ ਬੜੀ ਵੱਡੀ ਸਾਡੇ ਵਾਸਤੇ ਸਪੋਰਟ ਰਹੀ ਆ। ਇਹ ਉਦਣ ਵੀ ਸਾਰੀ ਦਿਹਾੜੀ ਉੱਥੇ ਬੈਠੇ ਰਹੇ ਨੇ, ਜਦ ਕਿ ਇਹਨਾਂ ਦਾ ਫਾਸਟ ਸੀ, ਇਹ ਭੁੱਖੇ ਭਾਣੇ ਉੱਥੇ ਸਾਡੇ ਕੋਲ ਬੈਠੇ ਰਹੇ ਨੇ ਕਿ ਇਲਾਕਾ ਦਾ ਜਿਹੜਾ ਸੁਧਾਰ ਹੋ ਸਕੇ, ਇਲਾਕੇ ਨੂੰ ਬਿਜਲੀ ਮਿਲ ਸਕੇ। ਅਸੀਂ ਇੱਥੇ ਇੰਨੇ ਕੁ ਪਰੇਸ਼ਾਨ ਆ, ਰਾਤ ਨੂੰ ਅਸੀਂ ਬਿਜਲੀ ਬੋਰਡ ਨੂੰ ਵੀ ਪਰੇਸ਼ਾਨ ਕਰਦੇ ਹਾਂ ਬਾਰ ਬਾਰ ਫੋਨ ਕਰਕੇ, ਕਿਉਂਕਿ ਘੰਟੇ ਘੰਟੇ ਬਾਅਦ ਉਹਦਾ ਫਿਊਜ਼ ਜਿਹੜਾ ਉੱਡ ਜਾਂਦਾ ਹੈ, ਕਿਉਂਕਿ ਆਬਾਦੀ ਵੱਧ ਰਹੀ ਆ, ਕਲੋਨੀ ਵੱਧ ਰਹੀ ਆ। ਟ੍ਰਾਂਸਫਾਰਮ ਇੱਕ ਆ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਲੱਗਾ ਸੀ, ਤੇ ਉਹਦੀ ਜ਼ਰੂਰਤ ਵੀ ਹੈ ਉੱਥੇ ਟ੍ਰਾਂਸਫਾਰਮ। ਉਹ ਤੇ ਇੱਕ ਲੇਡੀ ਐਵੇਂ ਆਪੀ ਈਗੋ ਦੇ ਮਾਰੇ ਜਿਹੜਾ ਉਹ ਟ੍ਰਾਂਸਫਾਰਮ ਨੂੰ ਸ਼ਿਕਾਇਤਾਂ ਕਰ ਕਰਕੇ ਮਹੱਲੇ ਨਿਵਾਸੀਆਂ ਨੂੰ ਪਰੇਸ਼ਾਨ ਕਰ ਰਹੀ ਹੈ, ਜਦਕਿ ਸਾਰਾ ਮਹੱਲਾ ਇੱਕ ਬੰਨੇ ਆ, ਉਹ ਕੱਲੀ ਇੱਕ ਬੰਨੇ ਆ। ਬਾਕੀ ਅਸੀਂ ਆਪਣੇ ਕੌਂਸਲ ਸਾਹਿਬ ਢਿੱਲੋਂ ਸਾਹਿਬ ਦਾ ਬਹੁਤ ਧੰਨਵਾਦੀ ਆ, ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਖੜੇ ਨੇ, ਜਿਹੜੇ ਸਪੋਰਟ ਕਰ ਰਹੇ ਨੇ ਕਿ ਜਿਹੜੀ ਸਾਡੀ ਪ੍ਰੋਬਲਮ ਕੋਈ ਵੀ ਪ੍ਰੋਬਲਮ ਹੈ ਉਸੇ ਵੇਲੇ ਜਿਹੜਾ ਉਹਨੂੰ ਹੱਲ ਕਰਦੇ। ਜਿਸ ਤਰ੍ਹਾਂ ਤੁਸੀਂ ਇੱਥੇ ਪਹੁੰਚੇ, ਉਹਨਾਂ ਦੇ ਵੱਲੋਂ ਕਿਹਾ ਗਿਆ ਐਸਡੀਓ ਦੇ ਨਾਲ ਗੱਲਬਾਤ ਕੀਤੀ ਗਈ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਸਰਾ ਟ੍ਰਾਂਸਫਾਰਮ ਲੱਗੇਗਾ ਉੱਥੇ? ਜ਼ਰੂਰ ਜੀ, ਜ਼ਰੂਰ ਲੱਗੇਗਾ, ਕਿਉਂਕਿ ਐਸਡੀਓ ਸਾਹਿਬ ਨੇ ਆਸ਼ਵਾਸਨ ਦਵਾਇਆ ਹੈ ਕਿ ਤੁਸੀਂ ਐਕਸੀਅਨ ਸਾਹਿਬ ਨੂੰ ਮਿਲੋ, ਭਾਜੀ ਹੁਣੀ ਚੱਲੇ ਨੇ, ਆਪਾਂ ਵੀ ਨਾਲ ਚੱਲੇ ਹਾਂ, ਲੱਕਾ ਨਿਵਾਸੀ, ਇਹਦਾ ਕੋਈ ਨਾ ਕੋਈ ਹੱਲ ਹੋਏਗਾ ਜੀ, ਉਹ ਲੱਗੇਗਾ, ਕਿਉਂਕਿ ਉੱਥੇ ਤਾਰਾਂ ਪੈ ਗਈਆਂ ਨੇ, ਸਭ ਕੁਝ ਹੋ ਗਿਆ ਜੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ, ਫਿਲਹਾਲ ਇਹਨਾਂ ਦੇ ਨਾਲ ਲਗਾਤਾਰ ਗੱਲਬਾਤ ਵੀ ਕੀਤੀ ਜਾ ਰਹੀ ਹੈ। ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਟ੍ਰਾਂਸਫਾਰਮ ਲੱਗ ਰਿਹਾ ਸੀ ਤਾਂ ਉਸ ਨੂੰ ਲੈ ਕੇ ਮਹਿਲਾ ਦੇ ਵੱਲੋਂ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਤਾਂ ਕੰਮ ਰੁਕ ਜਾਂਦਾ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਤਾਂ ਜਿਸ ਤੋਂ ਬਾਅਦ ਉਹ ਅੱਜ ਸ਼ਾਟਾ ਦੇ ਬਿਜਲੀ ਘਰ ਦੇ ਵਿੱਚ ਪਹੁੰਚੇ ਹੋਏ ਨੇ, ਤਾਂ ਇੱਥੇ ਉਹਨਾਂ ਦੀ ਐਸਡੀਓ ਦੇ ਨਾਲ ਗੱਲਬਾਤ ਹੋਈ ਹੈ। ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਮ ਬੰਦ ਕੀਤਾ ਗਿਆ ਸੀ ਤਾਂ ਉਹ ਚਾਲੂ ਕੀਤਾ ਜਾਵੇਗਾ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬੱਤੀ ਇਹਨਾਂ ਦੇ ਇਲਾਕੇ ਦੇ ਵਿੱਚ ਨਹੀਂ ਪਹੁੰਚ ਰਹੀ ਸੀ, ਤਾਂ ਨਵਾਂ ਟ੍ਰਾਂਸਫਾਰਮ ਲੱਗਣ ਤੋਂ ਬਾਅਦ ਜਿਹੜੀ ਬੱਤੀ ਆ ਉਹ ਜ਼ਰੂਰ ਇਹਨਾਂ ਦੇ ਘਰਾਂ ਤੱਕ ਪਹੁੰਚੇਗੀ। ਜਗਬਾਣੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।